ਕਿ ਜੋ ਅਸੀਂ ਗਰੰਟੀ ਦਿੱਤੀ ਸੀ 300 ਯੂਨਿਟ ਪਰ ਮੰਥ ਫ੍ਰੀ ਬਿਜਲੀ ਦੀ, ਉਹ ਅੱਜ 1 ਜੁਲਾਈ ਤੋਂ ਸ਼ੁਰੂ ਹੋ ਗਈ। ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੋ ਅਸੀਂ ਗਰੰਟੀ ਦਿੱਤੀ ਸੀ 300 ਯੂਨਿਟ ਪਰ ਮੰਥ ਫ੍ਰੀ ਬਿਜਲੀ ਦੀ, ਉਹ ਅੱਜ 1 ਜੁਲਾਈ ਤੋਂ ਸ਼ੁਰੂ ਹੋ ਗਈ ਹੈ। ਅਤੇ ਮੈਂ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦੇਣੀ ਚਾਹੁੰਦਾ ਕਿ ਜੇ ਨੀਅਤ ਸੱਚੀ ਹੋਵੇ ਤਾਂ ਕੰਮ ਸਾਰੇ ਠੀਕ ਹੁੰਦੇ ਨੇ। ਅਤੇ ਅੱਜ ਤੋਂ ਬਾਅਦ ਜੋ ਤੁਸੀਂ ਬਿਜਲੀ ਇਸਤੇਮਾਲ ਕਰੋਗੇ ਉਹਦਾ ਕੋਈ ਬਿੱਲ ਨਹੀਂ ਆਊਗਾ, ਜ਼ੀਰੋ ਬਿੱਲ ਆਊਗਾ। ਹਾਂ, ਹੋ ਸਕਦਾ ਹੈ ਜੂਨ ਦਾ ਜਾਂ ਮਈ ਦਾ ਕੋਈ ਪੁਰਾਣਾ ਬਿੱਲ ਆ ਜੇ, ਪੁਰਾਣਾ, ਉਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ। ਪਰ ਜੁਲਾਈ 1 ਤੋਂ ਬਾਅਦ ਜਿੰਨੀ ਵੀ ਬਿਜਲੀ ਇਸਤੇਮਾਲ ਕਰੋਗੇ ਤੁਹਾਨੂੰ ਕੋਈ ਬਿੱਲ ਨਹੀਂ ਆਊਗਾ। ਅਤੇ ਇੱਕ ਕਨਫਿਊਜ਼ਨ ਜਿਹਾ ਫੈਲ ਗਿਆ ਸੀਗਾ, ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਕਿ ਅਸੀਂ ਸਿਰਫ 2 ਕਿਲੋ ਵਾਟ ਦੇ ਪੁਰਾਣੇ ਬਿੱਲ ਮਾਫ਼ ਕਰਤੇ ਜਾਂ ਉਹ ਬਿਲਕੁਲ ਜਿਹੜੀਆਂ ਅਫਵਾਹਾਂ ਤੋਂ ਬਚੋ। 31 ਦਸੰਬਰ ਤੋਂ ਪਹਿਲਾਂ ਜਿੰਨੇ ਮਰਜ਼ੀ ਕਿਲੋ ਵਾਟ ਦਾ ਤੁਹਾਡਾ ਬਿੱਲ ਸੀਗਾ ਉਹ ਸਾਰਾ ਮਾਫ਼ ਹੋਊਗਾ, ਚਾਹੇ 2 ਕਿਲੋ ਵਾਟ ਹੈ, 4 ਕਿਲੋ ਵਾਟ ਹੈ, 5 ਕਿਲੋ ਵਾਟ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। 31 ਦਸੰਬਰ ਤੋਂ ਪਿੱਛੇ ਵਾਲੇ ਸਾਰੇ ਬਿੱਲ ਜਿਹੜੇ ਪੈਂਡਿੰਗ ਨੇ ਉਹ ਮਾਫ਼ ਹੋਣਗੇ। ਬਹੁਤ ਵੱਡਾ ਫੈਸਲਾ ਲਿਆ ਪੰਜਾਬ ਗੌਰਮੈਂਟ, ਉਹਨਾਂ ਨੂੰ ਜਿਹੜੀ ਸਹੂਲਤ ਦੇਊਗੀ ਪੰਜਾਬ ਦੇ ਲੋਕਾਂ ਨੂੰ। ਅਤੇ ਇੱਕ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਝੋਨੇ ਵਾਸਤੇ ਜੋ ਜੂਨ ਦੇ ਮਹੀਨੇ 'ਚ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ, ਰੌਲਾ ਪੈਂਦਾ ਹੁੰਦਾ ਸੀ, 8 ਘੰਟੇ ਨਹੀਂ ਆਉਂਦੀ ਜੀ, 2-2 ਘੰਟਿਆਂ 4 ਵਾਰੀ ਆਉਂਦੀ ਹੈ, ਇਸ ਵਾਰ 8 ਘੰਟੇ ਲਗਾਤਾਰ ਵੀ ਆਈ ਹੈ, ਕਈ ਜਗ੍ਹਾ 'ਤੇ 10 ਘੰਟੇ ਵੀ ਆਈ ਹੈ, ਕਈ ਜਗ੍ਹਾ 'ਤੇ 15-20 ਘੰਟੇ ਵੀ ਆਈ ਹੈ। ਸੋ ਇੱਕ ਵੀ ਸ਼ਿਕਾਇਤ ਬਿਜਲੀ ਦੇ ਕੱਟਾਂ ਨੂੰ ਜਾਂ ਘਰੇਲੂ ਜਾਂ ਖੇਤਾਂ ਵਾਲੀ ਉਹਨੂੰ ਲੈ ਕੇ ਇੱਕ ਵੀ ਸ਼ਿਕਾਇਤ ਨਹੀਂ ਆਈ। ਜੇ ਨੀਅਤ ਸੱਚੀ ਹੋਵੇ ਤਾਂ ਸਭ ਕੁਛ ਹੋ ਸਕਦਾ। ਹਮਨੇ ਬਜਟ ਮੇਂ ਬਤਾ ਦਿਆ ਨਾ ਕਿ ਪੈਸੇ ਕਹਾਂ ਸੇ ਆਏਂਗੇ। ਹਮਨੇ 3400 ਕਰੋੜ ਐਕਸਾਈਜ਼ ਸੇ ਜ਼ਿਆਦਾ ਕਮਾਇਆ, ਹਮਨੇ ਮਾਈਨਿੰਗ ਸੇ ਜ਼ਿਆਦਾ ਕਮਾਨੇ ਕਾ ਟੀਚਾ ਰੱਖਾ, ਹਮਨੇ ਲੀਕੇਜ ਬੰਦ ਕਰ ਦੀ ਹੈ, ਕਰਪਸ਼ਨ ਆਲਮੋਸਟ ਬੰਦ। ਮੈਂ ਇਹ ਨਹੀਂ ਕਹੂੰਗਾ ਕਿ ਕਰਪਸ਼ਨ ਟੋਟਲੀ ਬੰਦ ਹੋ ਗਈ, ਬਹੁਤ ਜ਼ਿਆਦਾ ਉਸ ਪਰ ਕੰਟਰੋਲ ਆ ਗਿਆ। ਤੋ ਲੋਕੋਂ ਕਾ ਪੈਸਾ ਬਚਾ ਕਰ ਲੋਕੋਂ ਕੋ ਦੇਂਗੇ ਤੋ ਯੇ ਉਨਕਾ ਹੱਕ ਬਣਤਾ ਹੈ।